ਜੋ ਕੁਝ ਅੱਜ ਪਹਿਲੇ ਦਿਨ ਵਾਪਰਿਆ ਜਾਂ ਜਦੋਂ ਸੈਸ਼ਨ ਪਹਿਲਾਂ ਸ਼ੁਰੂ ਹੋਇਆ ਸੀ 4 ਜੁਲਾਈ ਦੇ ਲਗਭਗ, ਉਦੋਂ ਵੀ ਰਾਹੁਲ ਗਾਂਧੀ ਬਹੁਤ ਡਿਟੇਲ ਦੇ ਵਿੱਚ ਬੋਲੇ ਸਨ ਜੀ, ਕਿਉਂਕਿ ਹੁਣ ਉਹ ਵਿਰੋਧੀ ਧਿਰ ਦੇ ਆਗੂ ਹੋਣ ਕਰਕੇ ਉਹਨਾਂ ਤੇ ਸਮਾਂ ਪਾਬੰਦੀ ਦਾ ਕੋਈ ਹੈ ਨਹੀਂ। ਅੱਜ ਜਿਹੜਾ ਸਭ ਤੋਂ ਪਹਿਲਾ ਮਾਮਲਾ ਉੱਠਿਆ ਉਹ ਉੱਠਿਆ ਨੀਟ ਵਾਲਾ। ਬੱਚਿਆਂ ਦੀ ਪ੍ਰੀਖਿਆ ਜਿਹੜੀ ਹੋਈ ਹੈ ਉਹਦੇ ਵਿੱਚ ਜਿਹੜਾ ਹਰ ਥਾਂ 'ਤੇ ਕਪੜਾ ਹੁੰਦਾ ਇਹਨੂੰ ਰਾਹੁਲ ਗਾਂਧੀ ਨੇ ਔਰ ਜਿਹੜਾ ਮੰਤਰੀ ਹੈ ਧਰਮਿੰਦਰ ਪ੍ਰਧਾਨ ਉਹਦੇ ਨਾਲ ਕੁਝ ਹੋਰ ਸਾਥੀਆਂ ਨੇ ਉਹਨਾਂ ਨੇ ਜਵਾਬ ਦੇਣ ਦਾ ਯਤਨ ਕੀਤਾ। ਸਿੱਖਿਆ ਦੇ ਆਧਾਰਿਤ ਹੋਵੇ, ਸਿਹਤ ਸਹੂਲਤਾਂ ਬਿਹਤਰ ਹੋਣ, ਲੋਕਾਂ ਨੂੰ ਬਹੁਤ ਕੁਝ ਮਿਲੇ, ਪਰ ਅਫਸੋਸ ਸਾਡੇ ਬੱਚੇ ਯੂਕਰੇਨ ਜਾ ਰਹੇ ਨੇ ਪੜ੍ਹਨ, ਉੱਥੇ ਯੁੱਧ 'ਚ ਘਿਰ ਗਏ। ਆਹ ਤਾਜ਼ਾ ਸਥਿਤੀ ਹੈ। ਬੰਗਲਾਦੇਸ਼ ਬਣਾਉਣ ਦੇ ਵਿੱਚ ਸਾਡੀ ਬਹੁਤ ਵੱਡੀ ਭੂਮਿਕਾ ਹੈ ਤੇ ਜੇ ਸਾਡੇ ਬੱਚੇ ਬੰਗਲਾਦੇਸ਼ ਵੀ ਜਾ ਕੇ ਮਸਾ ਬਚ ਕੇ ਆਏ ਨੇ ਤੇ ਸਾਡੇ ਵਾਸਤੇ ਸ਼ਰਮ ਦੀ ਗੱਲ ਨਹੀਂ ਤੇ ਹੋਰ ਕੀ। ਇੱਕ ਚੀਜ਼ ਨਾਲ ਤਾਂ ਨਹੀਂ ਦੇਖਿਆ ਜਾਂਦਾ, ਇੱਥੇ ਪੈਰ ਪੈਰ ਤੇ ਮੁੱਦੇ ਬਦਲ ਜਾਂਦੇ ਨੇ। ਪਤਾ ਨਹੀਂ ਕਦੋਂ ਕਿਹੜੇ ਮੁੱਦੇ ਨੇ ਜਾ ਕੇ ਭਾਰੂ ਪੈ ਜਾਣਾ, ਉਹ ਮੁੱਦਾ ਕਿਹਦੇ ਹੱਕ 'ਚ ਚੱਲ ਜਾਣਾ। ਲੇਕਿਨ ਜੋ ਮਿਹਨਤ ਰਾਹੁਲ ਗਾਂਧੀ ਨੇ ਯਾਤਰਾਵਾਂ 'ਚ ਕੀਤੀ ਹੈ, ਲੋਕਾਂ ਤੱਕ ਗਏ ਨੇ। ਦੇਖੋ ਮਣੀਪੁਰ ਦੇ ਵਿੱਚ ਇਹਨਾਂ ਚੋਂ ਕੋਈ ਨਹੀਂ ਗਿਆ, ਅਮਿਤ ਸ਼ਾਹ ਗਏ, ਪ੍ਰਧਾਨ ਮੰਤਰੀ ਅੱਜ ਤੱਕ ਨਹੀਂ ਗਏ ਜੀ। ਸੋ ਰਾਹੁਲ ਗਾਂਧੀ ਜਿਸ ਤਰੀਕੇ ਦੇ ਨਾਲ ਇੱਕ ਵਿਰੋਧੀ ਧਿਰ ਦਾ ਆਗੂ ਹੋਣਾ ਚਾਹੀਦਾ, ਬੜਾ ਪਰਪੱਕ ਹੈ। ਲੱਗਦਾ ਲੋਕਾਂ ਦੇ ਦਿਲਾਂ ਦੇ ਵਿੱਚ ਉਹਦੀ ਪਾਪੂਲੈਰਿਟੀ ਜਿਹੜੀ ਉਹਦੀ ਹਰਮਨ ਪਿਆਰਤਾ ਉਹ ਮੋਦੀ ਸਾਹਿਬ ਦੇ ਮੁਕਾਬਲੇ ਅੱਗੇ ਵੱਧਦੀ ਜਾ ਰਹੀ ਹੈ। ਹੁਣ ਉਹਨਾਂ ਕੋਲ ਨਾ ਆਗੂ ਵੀ ਨਾਲ ਨੇ ਜੀ, ਅਖਿਲੇਸ਼ ਯਾਦਵ ਇੱਕ ਵੱਡੇ ਉੱਤਰ ਪ੍ਰਦੇਸ਼ ਦੇ ਵਿੱਚ, ਉੱਥੇ ਹੁਣੇ ਚੋਣਾਂ ਹੋ ਕੇ ਹਟ ਗਏ ਨੇ, ਨਤੀਜਾ ਤੁਸੀਂ ਆਪ ਦੇਖ ਲਓ ਕਿੱਥੇ ਉੱਥੇ ਕਿੰਨੀਆਂ ਕੁ ਸੀਟਾਂ ਸੀ। ਇਸ ਵੇਲੇ ਵਿਰੋਧੀ ਧਿਰ ਉੱਥੇ ਕਾਫੀ ਵੱਡੀਆਂ ਸੀਟਾਂ 80 ਦੇ ਵਿੱਚੋਂ 40 ਤੋਂ ਵੱਧ ਲੈ ਗਏ ਨੇ ਜੀ। ਇਸੇ ਤਰ੍ਹਾਂ ਬਾਕੀ ਜਿਹੜੇ ਤੇਜਸਵੀ ਯਾਦਵ ਹੋਰ ਆਗੂ ਜਿਹੜੇ ਹੈ ਯੰਗ ਆਗੂ ਨੇ, ਜਿਵੇਂ ਇਹਨਾਂ ਦੇ ਆਗੂ ਨੇ ਸਚਿਨ ਪਾਇਲਟ ਹੈ, ਉਮਰ ਅਬਦੁੱਲਾ ਹੈ, ਇਹਨਾਂ ਦੇ ਕਾਫੀ ਆਗੂ ਹੈ ਜਿਹੜੇ ਉਹ ਅੱਗੇ ਆਏ ਹੈ। ਸਤਿ ਸ਼੍ਰੀ ਅਕਾਲ ਜੀ, D5 ਦੇਖ ਰਹੇ ਹੋ ਤੁਸੀਂ, ਮੈਂ ਹਾਂ ਪ੍ਰਾਪ ਸਿੱਧੂ। ਗੱਲ ਕਰਾਂਗੇ ਲੋਕ ਸਭਾ ਸੈਸ਼ਨ ਦੀ ਜੋ ਕਿ ਅੱਜ ਸ਼ੁਰੂ ਹੋ ਚੁੱਕਿਆ, ਹਾਲਾਂਕਿ ਰਸਮੀ ਸੈਸ਼ਨ ਪਹਿਲਾਂ ਹੋ ਚੁੱਕਿਆ, ਪਰ ਅੱਜ ਜਿਸ ਤਰ੍ਹਾਂ ਦੀ ਤੇਵਰ ਰਾਹੁਲ ਗਾਂਧੀ ਹੁਣਾਂ ਨੇ ਦਿਖਾਏ ਨੇ ਤੇ ਜਿਸ ਤਰ੍ਹਾਂ ਦੀ ਡਿਸਕਸ਼ਨ ਹੋਈ ਆ ਲੋਕ ਸਭਾ ਦੀ, ਉਸ ਬਾਰੇ ਗੱਲਬਾਤ ਹੈ ਜਿਹੜੀ ਉਹ ਜ਼ਰੂਰ ਕਰਾਂਗੇ। ਸਾਡੇ ਨਾਲ ਨੇ ਜਸਪਾਲ ਸਿੰਘ ਢਿੱਲੋਂ ਜੋ ਕਿ ਸੀਨੀਅਰ ਪੱਤਰਕਾਰ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਉਹਨਾਂ ਦਾ, ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ। ਸੋ ਢਿੱਲੋਂ ਸਾਹਿਬ, ਲੋਕ ਸਭਾ ਸੈਸ਼ਨ ਦੇ ਪਹਿਲੇ ਦਿਨ ਨੂੰ ਹੀ ਤੁਸੀਂ ਦੇਖਦੇ ਕਿਸ ਤਰ੍ਹਾਂ? ਦੇਖੋ ਕਹਿੰਦੇ ਆ ਨਾ, ਪਿੰਡ ਦਾ ਗਹਾਰਿਆਂ ਤੋਂ ਪਤਾ ਲੱਗ ਜਾਂਦਾ ਹੈ ਵੀ ਇਹ ਪਿੰਡ ਕਿਹੋ ਜਿਹਾ ਹੋਵੇਗਾ ਜੀ। ਜੋ ਕੁਝ ਅੱਜ ਪਹਿਲੇ ਦਿਨ ਵਾਪਰਿਆ ਜਾਂ ਜਦੋਂ ਸੈਸ਼ਨ ਪਹਿਲਾਂ ਸ਼ੁਰੂ ਹੋਇਆ ਸੀ 4 ਜੁਲਾਈ ਦੇ ਲਗਭਗ, ਉਦੋਂ ਵੀ ਰਾਹੁਲ ਗਾਂਧੀ ਬਹੁਤ ਡਿਟੇਲ ਦੇ ਵਿੱਚ ਬੋਲੇ ਸਨ ਜੀ, ਕਿਉਂਕਿ ਹੁਣ ਉਹ ਵਿਰੋਧੀ ਧਿਰ ਦੇ ਆਗੂ ਹੋਣ ਕਰਕੇ ਉਹਨਾਂ 'ਤੇ ਸਮਾਂ ਪਾਬੰਦੀ ਦਾ ਕੋਈ ਹੈ ਨਹੀਂ। ਬਿਲਕੁਲ। ਅੱਜ ਜਿਹੜਾ ਸਭ ਤੋਂ ਪਹਿਲਾ ਮਾਮਲਾ ਉੱਠਿਆ ਉਹ ਉੱਠਿਆ ਨੀਟ ਵਾਲਾ। ਬੱਚਿਆਂ ਦੀ ਪ੍ਰੀਖਿਆ ਜਿਹੜੀ ਹੋਈ ਹੈ ਉਹਦੇ ਵਿੱਚ ਜਿਹੜਾ ਹਰ ਥਾਂ 'ਤੇ ਕਪੜਾ ਹੁੰਦਾ ਇਹਨੂੰ ਰਾਹੁਲ ਗਾਂਧੀ ਨੇ ਔਰ ਜਿਹੜਾ ਮੰਤਰੀ ਹੈ ਧਰਮਿੰਦਰ ਪ੍ਰਧਾਨ ਉਹਦੇ ਨਾਲ ਕੁਝ ਹੋਰ ਸਾਥੀਆਂ ਨੇ ਉਹਨਾਂ ਨੇ ਜਵਾਬ ਦੇਣ ਦਾ ਯਤਨ ਕੀਤਾ, ਕਿਉਂਕਿ ਜਿਹੜਾ ਵਿਰੋਧੀ ਧਿਰ ਆ ਨਾ ਇਸ ਵੇਲੇ ਕਾਫੀ ਗਿਣਤੀ ਦੇ ਵਿੱਚ ਆ, ਪਹਿਲਾਂ ਵਾਂਗੂ ਥੋੜ੍ਹੇ ਨਹੀਂ ਹੈਗੇ ਜੀ। ਇਹਦੇ ਵਿੱਚ ਜਾ ਕੇ ਉਹਨਾਂ ਨੇ ਕਿਹਾ ਕਿ ਭਾਈ ਪਹਿਲਾਂ ਵੀ ਬਥੇਰਾ ਕੁਛ ਹੁੰਦਾ ਰਿਹਾ ਹੁਣ ਵੀ, ਪਰ ਕਈਆਂ ਨੇ ਉੱਥੇ ਉੱਠ ਕੇ ਕਿਹਾ ਵੀ ਜੋ ਪਹਿਲਾਂ ਹੁੰਦਾ ਇਹਦਾ ਮਤਲਬ ਉਸੇ ਤਰ੍ਹਾਂ ਹੀ ਸਾਰਾ ਕੁਛ ਦੱਬ ਕੇ ਰੱਖੀਏ, ਇਹਦੇ ਵਿੱਚ ਬਦਲਾਅ ਨਹੀਂ ਲਿਆਉਣਾ। ਲੋਕ ਸਭ ਤੋਂ ਆਸਾ ਰੱਖਦੇ ਨੇ, ਸਾਰੇ ਦੇ ਸਾਰੇ ਬੱਚੇ ਵੱਡੇ ਘਰਾਂ ਦੇ ਆਉਣ, ਛੋਟੇ ਘਰਾਂ ਦੇ ਨਾ ਆਉਣ, ਤਮਾਮ ਮੁੱਦੇ ਹਰੇਕ ਮੈਂਬਰ ਪਾਰਲੀਮੈਂਟ ਵੱਲੋਂ 0 ਆਵਰ ਦੇ ਵਿੱਚ ਆਪਣੇ ਆਪਣੇ ਤੌਰ 'ਤੇ ਕੀਤੇ ਗਏ।
ਸਾਡੇ ਮੈਂਬਰ ਪਾਰਲੀਮੈਂਟ ਨੇ ਡਾਕਟਰ ਧਰਮਵੀਰ ਗਾਂਧੀ, ਉਹਨਾਂ ਨੇ ਉਹ ਜਿਹੜਾ ਕਾਮੜੀਆਂ ਵਾਲਾ ਮਾਮਲਾ, ਹਾਲਾਂਕਿ ਰਿਜ਼ਲਟ ਵੀ ਅੱਜ ਹੀ ਮਿਲ ਗਿਆ, ਮਾਨਯੋਗ ਸੁਪਰੀਮ ਕੋਰਟ ਨੇ ਉੱਤੇ ਰੋਕ ਲਾਤੀ ਵੀ ਇਹ ਨਹੀਂ ਹੋ ਸਕਦਾ, ਅੱਗੇ ਸੁਣਵਾਈ ਕਰਾਂਗੇ। ਸੋ ਵਧੀਆ ਗੱਲ ਹੈ ਕਿ ਜਿਹੜੇ ਇਹ ਸੈਸ਼ਨ ਹੈ ਇਹ ਲੰਬੇ ਹੋਣੇ ਚਾਹੀਦੇ ਹੈ, ਇਹਦੇ 'ਚ ਮੁੱਦੇ ਵਿਚਾਰੇ ਜਾਣੇ ਚਾਹੀਦੇ ਹੈ। ਮੁੱਦੇ ਵੀ ਨਾ ਉਹ ਮੁੱਦੇ ਨੇ ਜਿਹੜੇ ਖਾਸ ਕਰ ਬੇਰੁਜ਼ਗਾਰੀ ਲੋਕਾਂ ਦੇ ਵਾਸਤੇ ਬਹੁਤ ਵੱਡਾ, ਮਹਿੰਗਾਈ ਬਹੁਤ ਵੱਡਾ ਮੁੱਦਾ ਹੈਗਾ ਜੀ। ਇਸੇ ਤਰ੍ਹਾਂ ਅਮਨ ਕਾਨੂੰਨ ਥਾਂ ਥਾਂ ਦੇ ਉੱਤੇ, ਹੁਣ ਤੁਸੀਂ ਦੇਖੋ ਅੱਜ ਹੀ ਨੂੰਹ ਦੇ ਵਿੱਚ ਉਹ ਜਿਹੜੀ ਯਾਤਰਾ ਆਉਣੀ ਸੀ ਪਿਛਲੇ ਸਾਲ ਵਾਲੀ, ਉਹਦੇ ਕਰਕੇ ਕੱਲ੍ਹ ਸ਼ਾਮ 6 ਵਜੇ ਤੋਂ ਅੱਜ 6 ਵਜੇ ਤੱਕ ਉੱਥੇ ਇੰਟਰਨੈਟ ਸੇਵਾਵਾਂ ਵਗੈਰਾ ਸਾਰਾ ਕੁਛ ਬੰਦ ਕਰਤਾ, ਅਰਧ ਸੈਨਿਕ ਬਲ ਲੈ ਆਉਂਦੇ ਤਾਂ ਕਿ ਪਿਛਲਾ ਇਤਿਹਾਸ ਕੋਈ ਨਾ ਹੋ ਸਕੇ। ਸਾਨੂੰ ਆਸਾਂ ਇਹ ਨੇ ਕਿ ਇਹਦੀਆਂ ਲਗਭਗ 1.5 ਦਰਜਨ ਬੈਠਕਾਂ ਨੇ ਸੈਸ਼ਨ ਦੀਆਂ, 12 ਅਗਸਤ ਤੱਕ ਇਹ ਸੈਸ਼ਨ ਨੇ ਚੱਲਣਾ। ਸੋ ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਨਵੇਂ ਮੈਂਬਰ ਪਾਰਲੀਮੈਂਟ ਆਏ ਨੇ, ਕਈ ਤਾਂ ਬਿਲਕੁਲ ਨਵੇਂ ਨੇ, ਉਹਨਾਂ ਨੇ ਸਿੱਖਣਾ ਜੀ, ਤਾਂ ਇਹੋ ਜਿਹੇ ਮੁੱਦੇ ਲਿਆ ਕੇ ਰੱਖੇ ਜਾਣ ਜਿਹਦੇ ਵਿੱਚ ਤਕਰੀਰਾਂ ਜਿਹੜੀਆਂ ਤਕਰਾਰਾਂ ਹੁੰਦੀਆਂ ਨੇ ਇਹ ਨਾ ਹੋਣ, ਚੰਗੀਆਂ ਤਕਰੀਰਾਂ ਦੇਖਣ ਨੂੰ ਮਿਲਣ। ਸੋ ਮੈਂ ਕਹਿ ਸਕਦਾ ਕਿ ਜਿਹੜੇ ਇਹ ਲੋਕ ਨੇ, ਇਹ ਨਵੇਂ ਆਏ ਨੇ, ਉਹਨਾਂ ਨੂੰ ਸਿੱਖਣਾ ਚਾਹੀਦਾ ਅਤੇ ਪੁਰਾਣਿਆਂ ਨੂੰ ਪੁਰਾਣਿਆਂ ਤੋਂ ਦੇਖਣਾ ਚਾਹੀਦਾ। ਤੱਥ ਆਧਾਰਿਤ ਡਿਸਕਸ਼ਨ, ਵਾਦ ਵਿਵਾਦ ਕਰੋ, ਸੰਵਾਦ ਕਰੋ, ਚੰਗਾ ਹੋਵੇਗਾ। ਅਸੀਂ ਆਸ ਰੱਖਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ ਹਰ ਵਿਅਕਤੀ ਇਹਦੇ ਵਿੱਚ, ਅੱਜ ਉਹਨਾਂ ਨੇ ਕਹਿ ਵੀ ਦਿੱਤਾ ਕਿ ਮੈਂ ਸਾਰੀਆਂ ਗਰੰਟੀਆਂ ਜਿਹੜੀਆਂ ਕਹੀਆਂ ਨੇ ਉਹ ਦੇਵਾਂਗਾ, ਅਤੇ ਪਿਛਲੀਆਂ ਗਰੰਟੀਆਂ ਦਾ ਜਵਾਬ ਮੇਰਾ ਖਿਆਲ ਉਹਨਾਂ ਨੇ ਨਾ ਦੇਣਾ ਅਤੇ ਨਾ ਦਿੱਤਾ ਜੀ। ਗੱਲ ਬਜਟ ਦੀ ਕਰੀਏ ਤਾਂ ਇਸ ਵਾਰ ਜਿਹੜਾ ਬਜਟ ਪੇਸ਼ ਕੀਤਾ ਜਾਣਾ ਢੱਲੋ ਸਾਹਿਬ ਜੀ, ਇਸ ਬਜਟ ਤੋਂ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦੀਆਂ ਉਮੀਦਾਂ ਲੋਕ ਰੱਖਦੇ ਨੇ, ਪਿਛਲੀ ਵਾਰ ਦੇ ਨਾਲੋਂ ਕੀ ਚੀਜ਼ਾਂ ਨੇ ਜਿਹੜੀਆਂ ਉਹ ਸਰਕਾਰ ਨੂੰ ਉਹਨਾਂ 'ਤੇ ਜ਼ਿਆਦਾ ਤਵੱਜੋ ਹੈ ਜਿਹੜੀ ਉਹ ਦੇਣੀ ਚਾਹੀਦੀ ਹੈ, ਕਿਉਂਕਿ ਬਜਟ ਇੱਕ ਮਹੱਤਵਪੂਰਨ ਪਹਿਲੂ ਹੈ, ਬਜਟ ਦੇ ਆਲੇ ਦੁਆਲੇ ਦੇਸ਼ ਘੁੰਮਣਾ। ਸੋ ਬਜਟ ਨੂੰ ਲੈ ਕੇ ਕਿਸ ਤਰ੍ਹਾਂ ਦਾ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ? ਅਸੀਂ ਤਾਂ ਇਹ ਸੋਚਦੇ ਹਾਂ ਕਿ ਇਹ ਬਜਟ ਹਰ ਵਿਅਕਤੀ ਵਾਸਤੇ ਹੋਵੇ, ਸਿੱਖਿਆ ਦੇ ਆਧਾਰਿਤ ਹੋਵੇ, ਸਿਹਤ ਸਹੂਲਤਾਂ ਬਿਹਤਰ ਹੋਣ, ਲੋਕਾਂ ਨੂੰ ਬਹੁਤ ਕੁਝ ਮਿਲੇ। ਪਰ ਅਫਸੋਸ, ਸਾਡੇ ਬੱਚੇ ਯੂਕਰੇਨ ਜਾ ਰਹੇ ਨੇ ਪੜ੍ਹਨ, ਉੱਥੇ ਯੁੱਧ 'ਚ ਘਿਰ ਗਏ, ਆਹ ਤਾਜ਼ਾ ਸਥਿਤੀ ਹੈ। ਬੰਗਲਾਦੇਸ਼ ਬਣਾਉਣ ਦੇ ਵਿੱਚ ਸਾਡੀ ਬਹੁਤ ਵੱਡੀ ਭੂਮਿਕਾ ਹੈ ਜੀ, ਅਤੇ ਜੇ ਸਾਡੇ ਬੱਚੇ ਬੰਗਲਾਦੇਸ਼ ਵੀ ਜਾ ਕੇ ਮਸਾਂ ਬਚ ਕੇ ਆਏ ਨੇ, ਬਿਲਕੁਲ, ਤੇ ਸਾਡੇ ਵਾਸਤੇ ਸ਼ਰਮ ਦੀ ਗੱਲ ਨਹੀਂ ਤੇ ਹੋਰ ਕੀ ਹੈ? ਇੱਕ ਪਾਸੇ ਅਸੀਂ ਵਿਸ਼ਵ ਗੁਰੂ ਬਣਨ ਨੂੰ ਫਿਰਦੇ ਹਾਂ ਜੀ, ਦੂਜੇ ਪਾਸੇ ਜਿਹੜੀਆਂ ਇਹ ਸਮੱਸਿਆਵਾਂ ਨੇ, ਮਹਿੰਗਾਈ, ਸਿਲੰਡਰ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ 14 ਤੋਂ ਪਹਿਲਾਂ 450 ਰੁਪਏ ਤੋਂ 400 ਤੋਂ 450 ਹੋਇਆ ਸੀ ਜੀ। ਇਹਨਾਂ ਦੀ ਇੱਕ ਮੰਤਰੀ ਜਿਹਦਾ ਨਾਂ ਹੀ ਬਾਅਦ ਦੇ ਵਿੱਚ ਸਿਮਰਤੀ ਰਾਣੀ ਦੀ ਥਾਂ ਸਿਲੰਡਰ ਰਹਿਣੀ ਪੈ ਗਿਆ ਸੀ, ਉਹ ਸਿਰ 'ਤੇ ਚੱਕ ਕੇ ਤੇ ਮੱਛਰ ਪਾਉਂਦੀ ਸੀ, ਅਤੇ ਜਦੋਂ ਸਿਲੰਡਰ ਇਹਨਾਂ ਦੀ ਸਰਕਾਰ ਵਿੱਚ 1100 ਨੂੰ ਪਾਰ ਕੀਤਾ, ਚੁੱਪ ਨੇ ਜੀ। ਪ੍ਰਧਾਨ ਮੰਤਰੀ ਦੀ ਗਰੰਟੀ, ਹਰ ਥਾਂ 'ਤੇ ਗਰੰਟੀ, ਭਾ ਜਿੰਨੇ ਇਹ ਸਕੈਮ ਹੋ ਰਹੇ ਨੇ, ਪੇਪਰ ਦਾ ਸਕੈਮ ਹੈ, ਪਤਾ ਨਹੀਂ ਕਿਹੜੇ ਕਿਹੜੇ ਹੋਰ ਸਕੈਮ ਨੇ। ਇੱਕ ਜਿਹੜਾ ਸਭ ਤੋਂ ਚਿੰਤਾ ਦਾ ਵਿਸ਼ਾ ਹੈ ਕਿ ਬਣਨ ਤੋਂ ਪਹਿਲਾਂ ਪੁਲ ਢਹਿ ਰਹੇ ਨੇ, ਰੋਜ਼ ਰੇਲਾਂ ਦੇ ਜਿਹੜੀਆਂ ਪਟੜੀਆਂ ਤੋਂ ਉਤਰ ਰਹੀਆਂ ਨੇ, ਇਸ ਜਿਹੜੇ ਹਾਦਸੇ ਨੇ, ਇਹ ਰੇਲ ਮੰਤਰੀ ਸਾਹਿਬ ਨੂੰ ਇਹਦੇ 'ਤੇ ਜਵਾਬ ਦੇਣਾ ਚਾਹੀਦਾ ਪਾਰਲੀਮੈਂਟ ਦੇ ਵਿੱਚ ਕਿ ਹੋ ਕੀ ਰਹੇਗਾ। ਤੁਸੀਂ ਬੁਲਟ ਟ੍ਰੇਨ ਨੂੰ ਤੁਰੇ ਫਿਰਦੇ ਹੋ, 15,000 ਲੱਖ ਕਰੋੜ ਉਹਦੇ 'ਤੇ ਖਰਚ ਕਰਨਾ ਹੈਗਾ, ਅਤੇ ਜਿਹੜਾ ਮੌਜੂਦਾ ਢਾਂਚਾ ਪਹਿਲਾਂ ਉਹ ਤਾਂ ਪੂਰਾ ਕਰ ਦਿਓ, ਅੱਗਾ ਦੌੜ ਪਿੱਛਾ ਚੌੜ ਨਾ ਕਰੋ। ਜਿਹੜੀ ਚੀਜ਼ ਆਮ ਗਰੀਬ ਤੱਕ ਹੈ, ਆ ਰੇਲ ਪੂਰੇ ਭਾਰਤ ਦੇ ਵਿੱਚ ਇੱਕ ਗਰੀਬ ਵਾਸਤੇ ਹੈ, ਇੱਕ ਗਰੀਬ ਬੰਦਾ ਇੰਟਰਸਿਟੀ ਵਰਗੀ ਰੇਲ 'ਤੇ ਚੜ੍ਹ ਕੇ ਤਕਰੀਬਨ 80 ਰੁਪਈਆਂ 'ਚ ਦਿੱਲੀ ਪਹੁੰਚ ਸਕਦਾ, ਅਤੇ ਬੱਸ ਦਾ ਕਿਰਾਇਆ ਹੈਗਾ 300 ਦੇ ਲਗਭਗ। ਇਹਨਾਂ ਚੀਜ਼ਾਂ ਦੇ ਉੱਤੇ ਤਵੱਜੋ ਦੇਣੀ ਚਾਹੀਦੀ ਹੈ ਕਿ ਇਕੱਲਾ ਮਲਕ ਭਾਗੋਆਂ ਦਾ ਬਜਟ ਨਾ ਹੋਵੇ, ਇਹ ਭਾਈ ਲਾਲੋਆਂ ਦਾ ਬਜਟ ਵੀ ਹੋਣਾ ਚਾਹੀਦਾ। ਸਾਰਿਆਂ ਨਾਲ ਮੀਟਿੰਗਾਂ ਪ੍ਰਧਾਨ ਮੰਤਰੀ ਨੇ ਕਰ ਲਈਆਂ, ਪਰ ਕਿਸਾਨਾਂ ਨਾਲ ਨਹੀਂ ਕੀਤੀ ਜੀ। ਬਿਲਕੁਲ,
ਸੋ ਢਿੱਲੋਂ ਸਾਹਿਬ, ਆਪਾਂ ਗੱਲ ਕਰਾਂਗੇ ਰਾਹੁਲ ਗਾਂਧੀ ਹੁਣਾਂ ਦੀ, ਖਾਸ ਤੌਰ 'ਤੇ ਰਾਹੁਲ ਗਾਂਧੀ ਹੁਣਾਂ ਦੇ ਤੇਵਰ, ਜਿਹੜੀ ਸਪੀਡ ਦੇ ਨਾਲ ਉਹ ਲੋਕ ਸਭਾ ਦੇ ਵਿੱਚ ਬੋਲਦੇ ਨੇ, ਜਿਹੜੀ ਸਪੀਡ ਦੇ ਨਾਲ ਉਹ ਹਰ ਇੱਕ ਦੇ ਸਵਾਲ ਦਾ ਜਵਾਬ ਦਿੰਦੇ ਨੇ ਅਤੇ ਸਵਾਲ ਕਰਦੇ ਵੀ ਨੇ, ਸੋ ਤੁਸੀਂ ਰਾਹੁਲ ਗਾਂਧੀ ਹੁਣਾਂ ਦੇ ਤੇਵਰ ਵੀ ਵੇਖ ਲਏ ਨੇ, ਸੋ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੀ ਲੱਗਦਾ ਕਿ ਵਿਰੋਧੀ ਧਿਰ ਵਜੋਂ ਭੂਮਿਕਾ ਜਿਹੜੀ ਉਹ ਨਿਭਾ ਰਹੇ ਨੇ ਕਿਸ ਤਰ੍ਹਾਂ ਦੀ ਹੈ, ਅਤੇ ਰਾਹੁਲ ਗਾਂਧੀ ਹੁਣਾਂ ਦਾ ਫਿਊਚਰ ਕੀ ਦੇਖਦੇ ਹੋ ਤੁਸੀਂ ਸਿਆਸਤ ਦੇ ਵਿੱਚ? ਦੇਖੋ, ਸਿਆਸਤ ਦੇ ਵਿੱਚ ਫਿਊਚਰ ਇੱਕ ਚੀਜ਼ ਨਾਲ ਤਾਂ ਨਹੀਂ ਦੇਖਿਆ ਜਾਂਦਾ, ਇੱਥੇ ਪੈਰ ਪੈਰ 'ਤੇ ਮੁੱਦੇ ਬਦਲ ਜਾਂਦੇ ਨੇ, ਪਤਾ ਨਹੀਂ ਕਦੋਂ ਕਿਹੜੇ ਮੁੱਦੇ ਨੇ ਜਾ ਕੇ ਭਾਰੂ ਪੈ ਜਾਣਾ, ਉਹ ਮੁੱਦਾ ਕਿਹਦੇ ਹੱਕ 'ਚ ਚੱਲ ਜਾਣਾ। ਲੇਕਿਨ ਜੋ ਮਿਹਨਤ ਰਾਹੁਲ ਗਾਂਧੀ ਨੇ ਯਾਤਰਾਵਾਂ 'ਚ ਕੀਤੀ ਹੈ, ਲੋਕਾਂ ਤੱਕ ਗਏ ਨੇ, ਦੇਖੋ ਮਣੀਪੁਰ ਦੇ ਵਿੱਚ ਇਹਨਾਂ 'ਚੋਂ ਕੋਈ ਨਹੀਂ ਗਿਆ, ਅਮਿਤ ਸ਼ਾਹ ਗਏ, ਪ੍ਰਧਾਨ ਮੰਤਰੀ ਅੱਜ ਤੱਕ ਨਹੀਂ ਗਏ ਜੀ। ਸੋ ਰਾਹੁਲ ਗਾਂਧੀ ਜਿਸ ਤਰੀਕੇ ਦੇ ਨਾਲ ਇੱਕ ਵਿਰੋਧੀ ਧਿਰ ਦਾ ਆਗੂ ਹੋਣਾ ਚਾਹੀਦਾ, ਬੜਾ ਪਰਪੱਕ ਹੈ, ਲੱਗਦਾ ਲੋਕਾਂ ਦੇ ਦਿਲਾਂ ਦੇ ਵਿੱਚ ਉਹਦੀ ਪਾਪੂਲੈਰਿਟੀ, ਜਿਹੜੀ ਉਹਦੀ ਹਰਮਨ ਪਿਆਰਤਾ, ਉਹ ਮੋਦੀ ਸਾਹਿਬ ਦੇ ਮੁਕਾਬਲੇ ਅੱਗੇ ਵੱਧਦੀ ਜਾ ਰਹੀ ਹੈ। ਅਸੀਂ ਇਹ ਕਹਿੰਦੇ ਹਾਂ ਕਿ ਮੁਕਾਬਲੇਬਾਜ਼ੀ ਦੇ ਵਿੱਚ ਅੱਗੇ ਜਾਓ, ਸੋਸ਼ੇਬਾਜ਼ੀ ਦੇ ਵਿੱਚ ਨਾ, ਲਿਫਾਫੇਬਾਜ਼ੀ ਦੇ ਵਿੱਚ ਨਹੀਂ ਜਾਣਾ ਚਾਹੀਦਾ। ਇਹ ਇੱਕ ਚੀਜ਼ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ। ਮੈਨੂੰ ਉਮੀਦ ਹੈ ਕਿ ਇਹਦੇ 'ਚ ਇਹਨਾਂ ਨੂੰ ਕਾਫੀ ਹੱਦ ਤੱਕ ਇਹ ਸਾਰਾ ਮਾਮਲਾ ਜਿਹੜਾ ਹੈਗਾ ਰਾਹੁਲ ਗਾਂਧੀ ਦੇ ਸਿਰ 'ਤੇ ਆਸਾਂ ਨੇ। ਹੁਣ ਉਹਨਾਂ ਕੋਲ ਨਾ ਆਗੂ ਵੀ ਨਾਲ ਨੇ ਜੀ, ਅਖਿਲੇਸ਼ ਯਾਦਵ ਇੱਕ ਵੱਡੇ ਉੱਤਰ ਪ੍ਰਦੇਸ਼ ਦੇ ਵਿੱਚ, ਉੱਥੇ ਹੁਣੇ ਚੋਣਾਂ ਹੋ ਕੇ ਹਟੀਆਂ ਨੇ, ਨਤੀਜਾ ਤੁਸੀਂ ਆਪ ਦੇਖ ਲਓ ਕਿੱਥੇ, ਉੱਥੇ ਕਿੰਨੀਆਂ ਕੁ ਸੀਟਾਂ ਸੀ। ਇਸ ਵੇਲੇ ਵਿਰੋਧੀ ਧਿਰ ਉੱਥੇ ਕਾਫੀ ਵੱਡੀਆਂ ਸੀਟਾਂ 80 ਦੇ ਵਿੱਚੋਂ 40 ਤੋਂ ਵੱਧ ਲੈ ਗਏ ਨੇ ਜੀ। ਇਸੇ ਤਰ੍ਹਾਂ ਬਾਕੀ ਜਿਹੜੇ ਤੇਜਸਵੀ ਯਾਦਵ ਹੋਰ ਆਗੂ ਜਿਹੜੇ ਹੈ, ਯੰਗ ਆਗੂ ਨੇ, ਜਿਵੇਂ ਇਹਨਾਂ ਦੇ ਆਗੂ ਨੇ ਸਚਿਨ ਪਾਇਲਟ ਹੈ, ਉਮਰ ਅਬਦੁੱਲਾ ਹੈ, ਇਹਨਾਂ ਦੇ ਕਾਫੀ ਆਗੂ ਆ ਜਿਹੜੇ ਉਹ ਅੱਗੇ ਆਏ ਹੈ। ਇਸ ਤਰ੍ਹਾਂ ਦੀ ਗੱਲ ਨਹੀਂ, ਭਾਰਤੀ ਜਨਤਾ ਪਾਰਟੀ ਦੇ ਵਿੱਚ ਕਈ ਆਗੂ ਜਿਵੇਂ ਅਨੁਰਾਗ ਠਾਕੁਰ ਹੋ ਰਹੀ ਹੈ, ਕਈ ਨੌਜਵਾਨ ਆਗੂ ਉਹਨਾਂ ਵਿੱਚ ਵੀ ਅੱਗੇ ਆਏ ਹੈ ਜੀ। ਸੋ ਲੋਕ ਸਭਾ ਦਾ ਪਹਿਲਾ ਦਿਨ ਹੋ ਨਿਬੜਿਆ, ਇੱਕ ਜ਼ਬਰਦਸਤ ਹੰਗਾਮਾ ਰਿਹਾ, ਇਸ ਦੌਰਾਨ ਗੱਲਬਾਤ ਕੀਤੀ ਹੈ ਇਸ ਉੱਪਰ ਜਸਪਾਲ ਸਿੰਘ ਢਿੱਲੋਂ, ਜੋ ਕਿ ਇੱਕ ਸੀਨੀਅਰ ਪੱਤਰਕਾਰ ਨੇ ਉਹਨਾਂ ਦੇ ਨਾਲ, ਅਤੇ ਲੋਕ ਸਭਾ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਵਰਤਾਰਾ ਵਾਪਰੇਗਾ, ਜਿਸ ਤਰ੍ਹਾਂ ਦਾ ਲੋਕ ਸਭਾ ਦਾ ਸੈਸ਼ਨ ਇਹ ਰਹੇਗਾ, ਉਹਦੇ ਸੰਬੰਧਿਤ ਗੱਲਬਾਤ ਆ ਜਿਹੜੀ ਵਿਸਤਾਰ ਜ਼ਰੂਰ ਕਰਦੇ ਰਹਾਂਗੇ, ਕਿਉਂਕਿ ਲੋਕ ਸਭਾ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਹਾਈਲਾਈਟ ਕਰਕੇ ਤੁਹਾਨੂੰ ਦਿਖਾਉਣ ਦੀ ਬਹੁਤ ਜ਼ਰੂਰਤ ਹੈ, ਅਤੇ ਇਸ ਮੌਕੇ ਬਹੁਤ ਸਾਰੀਆਂ ਉਮੀਦਾਂ ਰਾਹੁਲ ਗਾਂਧੀ ਤੋਂ ਵੀ ਨੇ ਲੋਕਾਂ ਨੂੰ, ਕਿਉਂਕਿ ਉਹ ਵਿਰੋਧੀ ਧਿਰ ਦੇ ਨੇਤਾ ਨੇ, ਅਤੇ ਉਮੀਦ ਕਰਦੇ ਨੇ ਲੋਕ ਕਿ ਉਹ ਤਿੱਖੇ ਸਵਾਲ ਹੈ ਜਿਹੜੇ ਉਹ ਸਰਕਾਰ ਨੂੰ ਕਰ ਸਕਣਗੇ। ਮੁੜ ਤੋਂ ਤੁਹਾਡੇ ਨਾਲ ਮੁਲਾਕਾਤ ਹੋਵੇਗੀ, ਮੈਨੂੰ ਦਿਓ ਆਗਿਆ, ਧੰਨਵਾਦ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ, ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।